ਵੋਟ ਨਹੀਂ ਕਰਨਾ। ਉਨੱਤੀ ਅੱਠ ਨੂੰ ਇੱਕ ਇਨਫੋਰਮੇਸ਼ਨ ਸੀ ਸਵੇਰੇ ਕਿ ਇੱਕ ਮਲਕੀਤ ਸਿੰਘ ਨਾਂ ਦਾ ਨੌਜਵਾਨ ਸੀ, ਥੋੜ੍ਹਾ ਹਾਈਟ ਘੱਟ ਦਾ, ਉਹਦਾ ਮਰਡਰ ਹੋਇਆ ਸੀਗਾ ਉੱਥੇ। ਉੱਥੇ ਮੌਕੇ 'ਤੇ ਗਏ ਸੀ, ਮੈਂ ਸੱਚੋ ਸਮੇਤ ਆਪਣੀ ਪਾਰਟੀ ਇੱਥੇ ਮੌਕੇ 'ਤੇ ਗਏ ਹਾਂ। ਉੱਥੇ ਜਾ ਕੇ ਜੋ ਵੇਅਰ ਅਬਾਊਟਸ ਪਤਾ ਲੱਗੇ ਅਤੇ ਉਹਦੇ ਲਾਗੇ ਪਿੱਛੇ ਹੀ ਪਿਛਵਾੜੇ ਬੰਨੇ ਇੱਕ ਨਿਹੰਗ ਸਿੰਘ ਮਹਿੰਦੇ ਬੈਠਦਾ, ਉਸਦਾ ਆਪਣਾ ਰੈਜੀਡੈਂਸ ਹੈ ਸੁਖਦੀਪ ਸਿੰਘ। ਉਹ ਤਹਿਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ, ਪਰ ਉਹ ਉੱਥੋਂ ਫਰਾਰ ਹੋ ਗਿਆ ਸੀਗਾ। ਪਰ ਅਸੀਂ ਆਪਣੇ ਟੈਕਨੀਕਲ ਅਤੇ ਸਾਇੰਟੀਫਿਕ ਤਰੀਕੇ ਨਾਲ, ਜ਼ਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਦਇਨ 12 ਆਵਰਸ ਉਹਨੂੰ ਅਸੀਂ ਅਰੈਸਟ ਕਰ ਲਿਆ। ਸਰ ਅਰੈਸਟ ਕਿੱਥੋਂ ਕੀਤਾ? ਉਸੇ ਇਲਾਕੇ 'ਚੋਂ ਕੀਤਾ ਉਹਨੂੰ। ਸਰ ਇਹ ਮਾਮਲਾ ਕੀ ਸੀ, ਉਹਨੇ ਮਰਡਰ ਕਿਉਂ ਕੀਤਾ, ਥੋੜ੍ਹਾ ਜਿਹੀ ਮਨਸ਼ਾ? ਇਹਦੀ ਜਿਹੜਾ ਮਲਕੀਤ ਸਿੰਘ ਦੀ ਜਿਹਦੀ ਡੈਥ ਹੋਈ ਆ, ਉਹ ਥੋੜ੍ਹਾ ਨਿਹੰਗ ਸਿੰਘ ਨੇ ਆਪਣੀ ਪੁੱਛਗਿੱਛ 'ਚ, ਮੁੱਢਲੀ ਪੁੱਛਗਿੱਛ 'ਚ ਦੱਸਿਆ ਕਿ ਮੈਨੂੰ ਗਾਲਾਂ ਗੁਲਾਂ ਕੱਢਦਾ ਹੁੰਦਾ ਸੀਗਾ। ਸਰ ਇਹਨਾਂ ਦੀ ਰੰਜਿਸ਼ ਜਿਹੜਾ? ਨਹੀਂ, ਉਹਦੀ ਮਲਕੀਤ ਸਿੰਘ ਦੀ ਥੋੜ੍ਹੀ ਹਾਈਟ ਘੱਟ ਸੀਗੀ, ਪੌਣਾ ਟਾਈਪ ਸੀਗਾ, ਇਹਨੇ ਕਿਤੇ ਉਹਨੂੰ ਕੁਛ ਛੇੜਦਾ ਸੀਗਾ, ਉਹ ਇਹਨੂੰ ਗਾਲਾਂ ਗਾ। ਉਹਦੇ ਰੱਖ ਕਰਕੇ ਇਹਨਾਂ ਦਾ ਅੱਗੇ ਵੀ 2-3 ਵਾਰੀ ਝਗੜਾ ਹੋਇਆ ਸੀਗਾ। ਸਰ ਮਾਰਨ ਲੱਗੇ ਕੋਈ ਹਥਿਆਰ ਦੀ ਵੀ ਵਰਤੋਂ ਕੀਤੀ? ਨਹੀਂ ਨਹੀਂ, ਘਸੋਣ ਮੁੱਕੀ ਜੀ ਕੋਈ ਸੱਟ ਪੇਟ ਵਗੈਰਾ ਲੱਗ ਗਈ ਉਹਨੂੰ, ਬਾਕੀ ਮੈਡੀਕਲ ਰਿਪੋਰਟ ਆਏਗੀ, ਜ਼ਿਆਦਾ ਉਸ ਤੋਂ ਪਤਾ ਲੱਗਦਾ। ਸਰ ਬਸ ਕੁਛ ਦਿਨ ਤੋਂ ਵੇਖਣ ਦੇ ਆ ਰਿਹਾ ਨਿਹੰਗ ਸਿੰਘ ਦੇ ਜ਼ਿਆਦਾ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ, ਕੋਈ ਨਾ ਕੋਈ ਕਿਤੇ ਨਾ ਕਿਤੇ ਇਹੋ ਜਿਹੇ ਇੰਸੀਡੈਂਟ ਨਜ਼ਰ ਆ ਰਿਹਾ, ਜਿਸ ਤਰ੍ਹਾਂ ਕਿ ਕੋਈ ਦੁਕਾਨਦਾਰਾਂ ਨੂੰ ਥ੍ਰੈਟ ਕਰਦੇ ਹੋਏ ਨਜ਼ਰ ਆ ਰਹੇ। ਆਪਣੇ ਡਿਸਟ੍ਰਿਕਟ 'ਚ ਤਾਂ ਪਹਿਲਾਂ ਹੀ ਹੈ। ਸਰ ਕਿੱਥੋਂ ਤੱਕ ਜਾਇਜ਼ ਹੈ ਵੀ ਇਸ ਤਰ੍ਹਾਂ ਗਾਲੀ ਗਲੋਚ ਦੇ ਦੌਰਾਨ ਇੱਕ ਬੰਦੇ ਦਾ ਕਤਲ ਕਰ ਦੇਣਾ, ਕਿੰਨਾ ਕੁ ਨਹੀਂ ਵਾਜਬ ਸਮਝਦੇ ਹੋ? ਪਤਾ ਨਹੀਂ ਉਹਨਾਂ ਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ, ਉਹਦੀ ਆਪਣੇ ਦਿਮਾਗ ਦੇ ਵਿੱਚ ਕੀ ਸੀਗਾ। ਬਿਲਕੁਲ ਬਿਲਕੁਲ ਠੀਕ ਹੈ, ਕੋਈ ਅਪਸੈਟ ਤਾਂ ਨਹੀਂ ਹੈ? ਮੈਂ ਨੋ ਨੋ ਬਿਲਕੁਲ ਠੀਕ ਹੈ। ਅਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ, ਕੀ ਇਹਦੇ 'ਤੇ ਹੁਣ ਐਕਸ਼ਨ, ਕੀ ਇਹਦੇ 'ਤੇ ਪਰਚਾ ਮਾਮਲਾ ਦਰਜ ਕੀਤਾ ਗਿਆ ਤੁਹਾਡੇ? ਇਹ ਅਸੀਂ ਆਪਣਾ ਕੱਲ੍ਹ ਹੀ ਮਰਡਰ ਦਾ ਪਰਚਾ ਜਿਹੜਾ 103 BNS ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮੁਕਦਮਾ ਦਰਜ ਕਰਤਾ ਜੀ, ਅਤੇ ਵਿਦਇਨ 12 ਆਵਰਸ ਇਹਨੂੰ ਅਰੈਸਟ ਕਰ ਲਿਆ। ਸਰ ਜਿਹੜਾ ਮੈਂ ਅੰਮ੍ਰਿਤ ਕਹਿੰਦਾ ਕਿ ਮਾਮਲਾ ਦਰਜ ਵਗੈਰਾ ਹੈ? ਨਹੀਂ ਨਹੀਂ ਕੋਈ ਨਹੀਂ।